ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕੇ ਹੈ ਜੀ ਜਿਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ 17710 ਪੋਸਟਾਂ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਠੀਕ ਹੈ ਜੀ ਜਿਸ ਦੇ ਵਿੱਚ ਤੁਸੀਂ ਕਲਰਕ ਐਮਟੀਐਸ ਸਹਾਇਕ ਕੈਸ਼ੀਅਰ ਦੀਆਂ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਹੋਈਆਂ ਨੇ ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਹੈ ਉਹ ਕਰਨਾ ਹੋਵੇਗਾ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਬਹੁਤ ਸਾਰੀਆਂ ਵੈਕੈਂਸੀਜ਼ ਜਿਹੜੀਆਂ ਨੇ ਉਹ ਤੁਹਾਨੂੰ ਆਊਟ ਹੋਈਆਂ ਦੱਸਾਂਗਾ ਅਪਲਾਈ ਆਨਲਾਈਨ ਹੀ ਕਰੋਗੇ ਤੁਸੀਂ ਸੋ ਇਸ ਦੇ ਵਿੱਚ ਕਿਹੜੇ-ਕਿਹੜੇ ਕੈਂਡੀਡੇਟ ਐਲੀਜੀਬਲ ਹੋਣ ਵਾਲੇ ਨੇ ਉਹਦੇ ਬਾਰੇ ਵਿੱਚ ਪੂਰੀ ਜਾਣਕਾਰੀ ਮੈਂ ਤੁਹਾਨੂੰ ਦੱਸ ਦਿਆਂ ਜੀ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਚੈਨਲ ਤੇ ਫਸਟ ਟਾਈਮ ਇਹਨਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਇੱਕ ਅਪਡੇਟ ਤੁਹਾਨੂੰ ਤੁਹਾਡੇ ਉਹ ਤੁਸੀਂ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਵੀ ਕਰ ਸਕਦੇ ਹੋ ਤੇ ਚਲੋ ਚੱਲਦੇ ਆ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਵੈਕੈਂਸੀ ਦੀ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ EMPLOYEES STATE INSURANCE CORPORATION ਮਤਲਬ ESIC ਵੱਲੋਂ ਆਊਟ ਕੀਤਾ ਗਿਆ ਹੈ ਜੀ ਜਿਹਦੇ ਲਈ ਤੁਸੀਂ ਅਪਲਾਈ ਕਰਨਾ ਹੋਵੇਗਾ ਇਹਦੇ ਲਈ ਅਪਲਾਈ ਕਰਨਾ ਜਿਹੜਾ ਨਵੰਬਰ ਤੋਂ ਸ਼ੁਰੂ ਹੋ ਜਾਏਗਾ 올 ਇੰਡੀਆ ਮੇਲ ਫੀਮੇਲ ਕੈਂਡੀਡੇਟ ਅਪਲਾਈ ਕਰ ਪਾਣਗੇ ਜੀ ਦੇ ਵਿੱਚ 17710 ਵੈਕੈਂਸੀਜ਼ ਜਿਹੜੀਆਂ ਨੇ ਉਹ ਇਸ ਦੇ ਵਿੱਚ ਆਊਟ ਕੀਤੀਆਂ ਗਈਆਂ ਨੇ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲੀ ਜਿਹੜੀ ਵੈਕੈਂਸੀ ਹੈ ਜੀ MTS ਦੀ ਜਿਹਦੇ ਵਿੱਚ 18000 ਤੋਂ ਲੈ ਕੇ 56900 ਤੱਕ ਤੁਹਾਡੀ ਸੈਲਰੀ ਲੈਣੀ ਹੈ ਉਸ ਤੋਂ ਬਾਅਦ ਲੋਅਰ ਡਿਵੀਜ਼ਨ ਕਲਰਕ ਦੀ 19900 ਤੋਂ ਲੈ ਕੇ 63200 ਤੱਕ ਤੁਹਾ ਅਪਰ ਡਿਵੀਜ਼ਨ ਕਲਰਕ ਦੀ 25500 ਤੋਂ ਲੈ ਕੇ 81100 ਤੱਕ ਤੁਹਾਡੀ ਸੈਲਰੀ ਰਹਿਣ ਵਾਲੀ ਹੈ ਉਸ ਤੋਂ ਬਾਅਦ ਹੈ ਹੈੱਡ ਕਲਰਕ ਦੀ ਵੈਕੈਂਸੀਜ਼ ਨੇ 35400 ਤੋਂ ਲੈ ਕੇ 112000 ਤੱਕ ਤੁਹਾਡੀ ਸੈਲਰੀ ਜਿਹੜੀ ਹੈ ਜੀ ਇਸ ਦੇ ਵਿੱਚ ਉਹ ਰਹੇਗੀ ਜੀ ਉਸ ਤੋਂ ਬਾਅਦ ਹੈ ਸੋਸ਼ਲ ਸਿਕਿਉਰਿਟੀ ਦੀ ਵੈਕੈਂਸੀ ਹੈ ਜਿਸ ਦੇ ਵਿੱਚ 44900 ਤੋਂ ਲੈ ਕੇ 142000 ਤੱਕ ਤੁਹਾਡੀ ਜਿਹੜੀ ਸੈਲਰੀ ਹੈ ਉਸ ਦੇ ਵਿੱਚ ਰਹੇਗੀ ਉਸ ਤੋਂ ਬਾਅਦ ਨੈਕਸਟ ਗੱਲ ਕਰੀਏ ਵੈਕੈਂਸੀ ਕਿੰਨੀਆਂ-ਕਿੰਨੀਆਂ ਆਊਟ ਹੋਈਆਂ ਨੇ ਐਮਟੀਐਸ ਦੇ ਲਈ ਦਸਵੀਂ ਪਾਸ ਜਿਹੜੇ ਨੇ ਉਹ ਅਪਲਾਈ ਕਰ ਪਾਣਗੇ ਠੀਕ ਹੈ ਜੀ ਚੋਂ ਇਹਦੇ ਵਿੱਚ 3344 ਪੋਸਟਾਂ ਆਊਟ ਹੋਈਆਂ ਨੇ ਲੋਅਰ ਡਿਵੀਜ਼ਨ ਕਲਰਕ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ 12ਵੀਂ ਪਾਸ ਅਪਲਾਈ ਕਰ ਸਕਦੇ ਨੇ 1990 1923 ਵੈਕੈਂਸੀ ਜਿਹੜੀਆਂ ਨੇ 1923 ਵੈਕੈਂਸੀ ਜਿਹੜੀਆਂ ਨੇ ਇਸ ਦੇ ਵਿੱਚ ਆਊਟ ਕੀਤੀਆਂ ਗਈਆਂ ਨੇ ਜੀ ਦੋਸਤੋ ਬਾਅਦ ਨੈਕਸਟ ਗੱਲ ਕਰਾਂ ਤੇ ਇਸ ਦੇ ਵਿੱਚ ਅਪਰ ਡਿਵੀਜ਼ਨ ਕਲਰਕ ਦੀ ਜਿਹੜੀਆਂ ਵੈਕੈਂਸੀਆਂ ਨੇ ਗ੍ਰੈਜੂਏਸ਼ਨ ਵਾਲੇ ਅਪਲਾਈ ਕਰ ਪਾਣਗੇ 6435 ਵੈਕੈਂਸੀਆਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਹੈੱਡ ਕਲਰਕ ਦੀ ਗੱਲ ਕਰਾਂ ਤੇ ਐਸ ਪਰ ਨੋਰਮ ਤੁਹਾਡੀ ਰਹੇਗੀ 34115 ਪੋਸਟਾਂ ਜਿਹੜੀਆਂ ਨੇ ਉਹ ਆਊਟ ਹੋਈਆਂ ਨੇ ਸੋਸ਼ਲ ਸਿਕਿਉਰਿਟੀ ਆਫੀਸਰ ਦੀਆਂ ਮਤਲਬ ਐਸਐਸਓ ਦੀਆਂ ਜਿਹੜੇ ਕਿ ਬੈਚਲਰ ਆਫ ਡਿਗਰੀ ਜਿਨ੍ਹਾਂ ਨੇ ਕੀਤੀ ਹੈ ਅਪਲਾਈ ਕਰ ਸਕਦੇ ਨੇ 2596 ਪੋਸਟਾਂ ਜਿਹੜੀਆਂ ਨੇ ਉਹ ਆਊਟ ਹੋਈਆਂ ਨੇ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ 10ਵੀਂ 12ਵੀਂ ਵਾਲੇ ਅਪਲਾਈ ਕਰ ਪਾਣਗੇ ਇਸ ਦੇ ਵਿੱਚ ਤੁਹਾਡੀ ESIC ਵੱਲੋਂ ਜਿਹੜੀ ਐਪਲੀਕੇਸ਼ਨ ਫੀ ਹੈ 500 ਰੁਪਏ ਜਨਰਲ OBC ਲਈ SC ST PWD ਲਈ 250 ਜਿਹੜੀ ਹੈ ਉਹ ਤੁਹਾਡੀ ਰਹੇਗੀ ਸਿਲੇਕਸ਼ਨ ਪ੍ਰੋਸੈਸ ਦੀ ਗੱਲ ਕਰਾਂ ਡੈਟਨ ਇਗਜ਼ਾਮ ਹੋਏਗਾ ਪਹਿਲਾਂ ਫਿਰ ਸਕਿੱਲ ਟੈਸਟ ਹੋਏਗਾ ਉਸੇ ਦੇ ਬੇਸਿਸ ਤੇ ਸਿਲੇਕਸ਼ਨ ਹੋਣੀ ਹੈ ਜੀ ESIC ਰਿਕਰੂਟਮੈਂਟ ਨੋਟੀਫਿਕੇਸ਼ਨ PDF ਦੀ ਗੱਲ ਕਰਾਂ ਤਾਂ ਲਿੰਕ ਤੁਹਾਨੂੰ ਇੱਥੇ ਮਿਲ ਜੇਗਾ ਇਹਦੇ ਲਈ ਸ਼ਾਰਟ ਨੋਟੀਫਿਕੇਸ਼ਨ ਆਲਰੇਡੀ ਆਊਟ ਕਰ ਦਿੱਤਾ ਗਿਆ ਹੈ ਫੁੱਲ ਫਲੈਜ ਨੋਟੀਫਿਕੇਸ਼ਨ ਜਲਦੀ ਆਊਟ ਹੋ ਜਾਵੇਗਾ ਜਿਹਦੇ ਲਈ ਤੁਹਾਨੂੰ ਅਗਲੇ ਮਹੀਨੇ ਤੋਂ ਅਪਲਾਈ ਅੰਡ ਤੱਕ ਇਹਦਾ ਸਟਾਰਟ ਹੋ ਜਾਏਗਾ ਅਪਲਾਈ ਕਰਨਾ ਔਰ ਨੈਕਸਟ ਮੰਥ ਮਾਈਟ ਵੀ ਹੋ ਸਕਦਾ ਦਸੰਬਰ ਦੀ ਸਟਾਰਟਿੰਗ ਚ ਹੀ ਹੋਵੇ ਇਹਦਾ ਸ਼ਾਰਟ ਨੋਟੀਫਿਕੇਸ਼ਨ ਆਲਰੇਡੀ ਆ ਚੁੱਕਾ ਹੈ ਸੋ ਇਹਦੇ ਲਈ ਤੁਸੀਂ ਜਿੱਦਾਂ ਅਪਲਾਈ ਕਰਨਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਦਾਂ ਹੀ ਕਰਨਾ ਹੈ ਜੀ ਸਾਰੇ ਲਿੰਕ ਸਾਰੀ ਡਿਸਕ੍ਰਿਪਸ਼ਨ ਹੈਗੀ ਚੈੱਕ ਕਰਕੇ ਅਪਲਾਈ ਕਰ ਲਿਓ ਫਿਰ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਹੋਵੇ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਜੀ ਇਸ ਦੇ ਵਿੱਚ ਜਿਹੜਾ ਰਿਟਨ ਇਗਜ਼ਾਮ ਹੋਏਗਾ ਉਹਦਾ ਵੀ ਤੁਹਾਨੂੰ ਮੈਂ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਦੇ ਦਾਂਗਾ ਮਤਲਬ ਜਿਹੜਾ ਅਪਲਾਈ ਜਿਹੜਾ ਤੁਸੀਂ ਕਰਨਾ ਹੈ ਉਹਦੇ ਬ ਇਸ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ